ਜਿਹੜੇ ਕਹਿੰਦੇ ਨੇ ਦਿੰਦੇ ਹਾਂ ਇਹ ਗੱਲ ਗਲਤ ਹੈ, ਗੁਰਬਾਣੀ ਦੱਸਦੀ ਹੈ ਦਿੰਦੀ ਕੁਛ ਨਹੀਂ। ਦੱਸਦੀ ਹੈ ਦਿੰਦੀ ਤਾਂ ਕੁਛ ਨਹੀਂ, ਜੇ ਦਿੰਦੀ ਹੋਵੇ ਤਾਂ ਸਭ ਨੂੰ ਮਿਲੇ, ਦਿੰਦੀ ਹੈ ਕੜਾ ਪ੍ਰਸ਼ਾਦ ਦੇਖ ਮਿਲਦਾ ਗੁਰਦਾ ਸਭ ਨੂੰ ਮਿਲਦਾ, ਚਾਹੇ ਦੋ ਵਾਰ ਲੈ ਲਓ। ਆਹ ਕਿਉਂ ਨਹੀਂ ਮਿਲਦਾ? ਕਿਉਂਕਿ ਦੱਸਦੀ ਹੈ ਦਿੰਦੀ ਤਾਂ ਹੈ ਨਹੀਂ, ਲੈਣਾ ਤੁਸੀਂ ਆਪ ਹੈ, ਪ੍ਰਾਪਤੀ ਆਪ ਕਰਨੀ ਹੈ ਮੰਨ ਕੇ ਔਰ ਬਾਣੀ ਨੂੰ ਕਮਾ ਕੇ, ਆਪ ਪ੍ਰਾਪਤੀ ਹੈ। ਸਕੂਲ ਨੇ ਤੁਹਾਨੂੰ ਪੜ੍ਹਾ ਦੇਣਾ, ਕੰਮ ਸਿਖਾ ਦਿੱਤਾ, ਕੰਮ ਵਾਹ ਤੁਸੀਂ ਕਰਨਾ, ਕਮਾਈ ਤੁਸੀਂ ਕਰਨੀ। ਜੇ ਤੁਸੀਂ ਘਰ ਜਾ ਕੇ ਸਮਝੋ ਬਹਿ ਜਾਓ, ਫਿਰ ਚਾਹੇ ਤੁਸੀਂ ਕੋਈ ਗੁਣ ਜਾਣਦੇ ਹੋ, ਕਮਾਈ ਤਾਂ ਜਿਹੜੇ ਅਜਿਹਾ ਕਰੋਗੇ, ਤੁਹਾਨੂੰ ਇੰਜੀਨੀਅਰ ਬਣਾ ਤਾ ਕੋਈ, ਕਿੱਤਾ ਦੇ ਵਿੱਚ ਮਾਹਰ ਕਰਤਾ, ਕੋਈ ਡਰਾਈਵਰ ਬਣ ਗਿਆ, ਕੋਈ ਕੁਛ ਵੀ ਬਣ ਗਿਆ ਚਾਹੇ, ਫਿਰ ਕੰਮ ਕਰੇ ਤਾਂ ਹੀ ਉਹਦਾ ਲਾਭ ਹੈ, ਜੇ ਕਰੂ ਇਹ ਨਹੀਂ ਫਿਰ ਲਾਭ ਉਹਨੂੰ ਕੀ ਹੈ? ਉੱਥੇ ਤਾਂ ਦੱਸਿਆ ਹੀ ਹੈ ਤੈਨੂੰ, ਐਕਸਪਰਟ ਬਣਾਇਆ ਹੀ ਹੈ, ਉਹਨਾਂ ਨੇ ਸਮਝਾਇਆ ਹੀ ਹੈ, ਫਿਰ ਕਰਨਾ ਤਾਂ ਹੁਣ ਕਰੇ ਤਾਂ ਹੀ ਲਾਭ ਹੈ ਉਹਦੇ, ਕਮਾਈ ਕਰੇ ਤਾਂ ਹੀ ਹੈ। ਗੁਰਬਾਣੀ ਤਾਂ ਟ੍ਰੇਨਡ ਕਰਦੀ ਹੈ ਤੁਹਾਨੂੰ, ਐਂ ਕਰ ਲਓ ਕਰ ਲਓ, ਜਿਹਨੇ ਕਰ ਲਿਆ ਉਹਨੇ ਪਾ ਲਿਆ, ਨਹੀਂ ਕੀਤਾ ਰਹਿ ਗਿਆ, ਹੁਣ ਤਾਂ ਕੁਛ ਨਹੀਂ। ਦੱਸਣਾ ਹੈ ਦੂਆ, ਦੇਣਾ ਕੁਛ ਨਹੀਂ ਹੈ। ਅਸੀਂ ਮੰਨ ਲਿਆ ਵੀ ਇੱਥੋਂ ਮਿਲਦਾ ਹੈ, ਬਿਲਕੁਲ ਨਹੀਂ ਮਿਲਦਾ, ਇਹ ਗਲਤ ਹੈ। ਅਸੀਂ ਮਿਲਦਾ ਮੰਨ ਕੇ ਫਸੇ ਹੋਏ ਹਾਂ ਵੀ ਆਪੇ ਮਿਲੂਗਾ ਸਾਨੂੰ, ਇਸ ਕਰਕੇ ਕਰਦੇ ਨਹੀਂ। ਪ੍ਰਚਾਰ ਇਹ ਹੋਣਾ ਚਾਹੀਦਾ ਸੀ ਵੀ ਮਿਲਦਾ ਕੁਛ ਨਹੀਂ, ਦੱਸਿਆ ਸਕੂਲ ਕਾਲਜ ਦੱਸਦੇ ਨੇ ਤੁਹਾਨੂੰ, ਤੁਹਾਨੂੰ ਤਾਂ ਉੱਥੇ ਦੇਣਾ ਪੈਂਦਾ ਹੈ ਫੀਸਾਂ, ਖਰਚਾ ਤਾਂ ਪੱਲਿਓ ਕਰਨਾ ਪੈਂਦਾ ਹੈ। ਇੱਥੇ ਵੀ ਤਨ ਮਨ ਧਨ ਸਭ ਸਭ ਗੁਰ ਕੋ, ਸਕੂਲਾਂ ਵਿੱਚ ਤਾਂ ਕੁਛ ਦੇਣਾ ਪੈਂਦਾ ਹੈ, ਕਰਨਾ ਪੈਂਦਾ ਹੈ। ਹਾਂ ਉਹ ਸਮਝਾ ਦਿੰਦੇ ਨੇ, ਐਕਸਪਰਟ ਕਰ ਦਿੰਦੇ ਨੇ, ਕਮਾ ਸਕਦੇ ਤੁਸੀਂ, ਕਮਾਉਣਾ ਤਾਂ ਹੁਣ ਅਸੀਂ ਉਲਟ ਪ੍ਰਚਾਰ ਕਰਤਾ ਵੀ ਸਭ ਕੁਛ ਮਿਲਦਾ ਇੱਥੋਂ, ਬਿਲਕੁਲ ਨਹੀਂ ਮਿਲਦਾ। ਸਭ ਕੁਛ ਮਿਲਣ ਦੀ ਜਾਣਕਾਰੀ ਮਿਲਦੀ, ਸਭ ਕੁਛ ਪ੍ਰਾਪਤ ਕਰਨ ਦੀ ਜਾਣਕਾਰੀ ਮਿਲਦੀ ਹੈ, ਪ੍ਰਾਪਤ ਤੁਸੀਂ ਕਰਨਾ ਬਸ, ਆਹ ਪੁਆਇੰਟ ਹੈ। ਇਹ ਵਿਧੀ ਸੁਣ ਕੇ ਜਾਟ ਰੋ, ਸੁਣੀ ਹੈ ਨਾ ਵਿਧੀ, ਦੱਸੀ ਸੀ ਨਾ, ਉੱਠ ਭਗਤੀ ਸਾਡੇ 'ਚ ਲੱਗਿਆ ਕੋਈ ਵਿਧੀ ਸੁਣਦੇ ਲੱਗਦੇ ਲੱਗਿਆ ਕੋਈ ਮਿਲੇਗੀ ਕਿਉਂ ਮਿਲੇ? ਮੈਂ ਕਿਹਾ ਸ਼ਾਇਦ ਤੁਸੀਂ ਕਹੋ ਵੀ ਆਪਣੇ ਕੋਲੋਂ ਚਾਹੀ ਜਾਂਦਾ, ਲਿਖੀ ਪਈ ਹੈ ਪੰਗਤੀ, ਜਿਹਨੇ ਪਾਇਆ ਉਹਦੇ ਵਾਸਤੇ ਲਿਖੀ ਹੋਈ ਹੈ ਪੰਗਤੀ, ਨਾਲੇ ਉਹ ਕਿੰਨੀ ਕੁ ਦੇਰ ਸੁਣਿਆ ਕਹਿੰਦੇ ਪਹਾੜੀ ਦੇ ਪੈਸੇ ਜਗ੍ਹਾ ਦੇ ਪੱਥਰ ਦੇ ਦਿੱਤਾ, ਵੱਟਾ ਦੇ ਦਿੱਤਾ ਠੱਗ, ਫਿਰ ਵੀ ਰੋਟੀ ਖੜਾ ਲੈ। ਉਹਨਾਂ ਨੇ ਤਾਂ ਚਲੋ ਆਪਣੇ ਹਿਸਾਬ ਨਾਲ ਕਹਿਤਾ, ਜਾਣ ਕੇ ਪੱਥਰ ਪੂਜਾ ਬਚਾਉਣੀ ਸੀ, ਪਰ ਗੁਰਬਾਣੀ ਨੇ ਤਾਂ ਗੱਲ ਮੰਨੀ, ਇਹ ਵਿਧੀ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਆਹ ਨਵੀਂ ਵਿਧੀ ਸੁਣੀ ਉਹਨੇ, ਵਿਧੀਆਂ ਪਹਿਲਾਂ ਵੀ ਸੀਆਂ, ਉੱਥੇ ਵੀ ਸਾਰੀਆਂ ਭਗਤੀਆਂ ਵਿਧੀਆਂ ਕੱਟੀਆਂ ਗਈਆਂ, ਜਿਹੜੀਆਂ ਮੈਂ ਪਹਿਲਾਂ ਚਾਰ ਕਹਿ ਕੇ ਹਟੇ, ਇੱਕ ਵਿਧੀ ਹੈ। ਜਦ ਇਹ ਵਿਧੀ ਸੁਣੀ ਤਾਂ ਉਹਨੇ ਕਿਹਾ ਵੀ ਹਾਂ ਇਹ ਵਿਧੀ ਠੀਕ ਹੈ, ਇਹਦੇ ਨਾਲ ਪ੍ਰਾਪਤੀ ਹੋਈ, ਪਹਿਲਾਂ ਵੀ ਵਿਧੀਆਂ ਕੋਈ ਅਜਮਾਈਆਂ ਹੋਣੀਆਂ ਨੇ, ਪਹਿਲਾਂ ਵੀ ਵਿਧੀ ਕੋਈ ਅਜਮਾਈ ਹੋਊ, ਉੱਠ ਭਗਤੀ ਲਾਗਾ, ਫਿਰ ਸੁੱਤਾ ਉੱਠਿਆ ਉਹ, ਫਿਰ ਸੁਪਨੇ 'ਚ ਉੱਠ ਕੇ ਬੈਠਿਆ ਉਹ, ਪਹਿਲਾਂ ਦਾ ਪਿਆ ਸੁਪਨੇ 'ਚ ਦੇਖਦਾ ਸੀ, ਚਾਹੇ ਮਾੜਾ ਫੇਰਦਾ ਸੀ, ਉਹਨੇ ਕਦੇ ਜਗਾਇਆ? ਮਾੜਾ ਨਹੀਂ ਜਗਾਉਂਦੀ, ਉਹ ਤਾਂ ਥਾਪੜਦੀ ਹੈ ਵੀ ਫਿਰ ਹੀ ਜਾ, ਵਿਧੀ ਸੁਣ ਕੇ ਵਿਧੀ ਸੁਣ ਕੇ ਵਿਧੀ ਨੇ ਝੰਜੋੜਤਾ, ਇਹ ਕਰਦਾ
60 साल हो गए माड़ा बगरू वगैरू करते कुछ मिलया कहना नहीं झंझोड़िया गया ऐ कर देखो भला कभी ना मिले सुनी ना मिली बाणी दस दी है उठ खड़ो आ कर लो उठ फरीदा सुत्या गाह की कर झाड़ू दे मसीह झाड़ू तो फरीद ने देने हूँ भी रब दे रब दे झाड़ू जिन्हें अपने कमरे च गंद पाया उन्हें आपे साफ कर अपने हंधे च गंद असी आप पाया आपे साफ करो गंद किने पाया गंद रब ने पाया वो उन्हें दिता आ आप वो पैदा किया मेरे तो कुछ भी नहीं चंगा समा उलेंडर होंगे माड़ा कि माड़ा कि छन वे माड़ा वो करके तो छड़ता सारा कुछ नहीं छड़ता छड़ गया शरीर छोड़ू।